ਬਾਦਲ ਸਾਹਿਬ ਇੱਥੇ ਕਿਤੇ ਆਉਣ ਨੂੰ ਆਦੇ ਸੀਗੇ, ਉਹਨਾਂ ਨੂੰ ਕਹਿਤਾ ਵੀ 70 ਖਾਣੇ ਤੁਸੀਂ ਲੋਕਾਂ ਤੋਂ ਕਾਹਦੇ ਵਾਸਤੇ ਆਉਣੇ। ਇੱਕ ਝੰਡਾ ਹੋਵੇ, ਇੱਕ ਪ੍ਰਧਾਨ ਹੋਵੇ ਤੇ ਜਿਹੜੇ ਬਾਕੀ ਆ ਜਿਹੜੇ ਖਾਣ ਵਾਲੇ ਉਹ ਆਪੀ ਭੱਜ ਜਾਣਗੇ। ਲੋਕਾਂ ਦੀ ਤਾਕਤ ਦੇ ਜ਼ੋਰ ਦਵਾਇਆ ਗਿਆ ਅਸਤੀਫਾ ਹੈ, ਜੇ ਕਹਿਣਾ ਹਰਸਿਮਰਨ ਦਾ ਕੰਨ ਫੜ ਕੇ ਲਿਆਂਦਾ ਥੱਲੇ। ਦਿੱਲੀ ਦੇ ਵਿੱਚ ਮੋਦੀ ਨੇ ਸਰੇਆਮ ਕਤਲ ਕਰਾਏ, ਮੋਦੀ ਸਾਹਿਬ ਚੁੱਪ ਹੈ। ਅੱਜ ਅਸੀਂ ਫਖਰ ਮਹਿਸੂਸ ਕਰ ਸਕਦੇ ਹਾਂ ਕਿ ਸਾਡੇ ਬਰੋਬਰ ਸਾਡੇ ਨੌਜਵਾਨ ਆ ਗਏ, ਜਿਹੜਾ ਕਹਿੰਦਾ ਹੁੰਦਾ ਭਾਈ ਵਾਰਸ ਜੰਮੂ ਸਾਡੇ ਵਾਰਸ ਆ, ਅਤੇ ਜਦੋਂ ਵਾਰਸ ਆ ਗਏ ਤਾਂ ਨੌਜਵਾਨ ਸਾਰਿਆਂ ਨੂੰ ਵੱਡੀ ਸਖਤੀ ਹੁੰਦੀ ਹੈ, ਇਹ ਹੇਠਲੀ ਉੱਤੇ ਕਰ ਦਿੰਦੀ ਹੈ। ਦੁਕਾਨ ਖੋਲ੍ਹੀਏ, ਡਾਂਗ ਮਾਰੋ, ਸੋਟੀ ਮਾਰੋ, ਰੋੜਾ ਮਾਰੋ, ਡਰਾ ਕੇ ਬੰਦ ਕਰਾ ਦਿਓ, ਬਿਲਕੁਲ ਨਹੀਂ। RMB ਟੈਲੀਵਿਜ਼ਨ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਰਤਨਦੀਪ ਸਿੰਘ ਟਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਮੌਜੂਦ ਹਾਂ ਪਿੰਡ ਬਾਦਲ ਵਿਖੇ ਜਿੱਥੇ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ ਪੱਕੇ ਤੌਰ ਦੇ ਉੱਤੇ ਧਰਨਾ ਚੱਲ ਰਿਹਾ ਹੈਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਅੱਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪ੍ਰਧਾਨ ਅਤੇ ਬਹੁਤ ਲੰਬੇ ਟਮੇ ਤੋਂ ਕਿਸਾਨ ਧਰਨਿਆਂ ਦੇ ਵਿੱਚ ਇੱਕ ਸੰਘਰਸ਼ੀ ਦੇ ਤੌਰ 'ਤੇ ਜਾਣੇ ਜਾਂਦੇ ਝੰਡਾ ਸਿੰਘ ਜੇਠੂਗੇ। ਝੰਡਾ ਸਿੰਘ ਜੀ, ਕਿਵੇਂ ਲੱਗ ਰਿਹਾ ਹੈਗਾ, ਗੱਲ ਲੱਗੂਗੀ ਕਿਸੇ ਕਿਨਾਰੇ, ਕਿਉਂਕਿ ਮੈਂ ਅੱਜ ਸੁਬਾਹ ਤੋਂ ਅਸੀਂ ਕਵਰਿੰਗ ਕਰ ਰਹੇ ਹਾਂ ਹਰ ਨੌਜਵਾਨ ਨੂੰ, ਹਰ ਬਜ਼ੁਰਗ ਨੂੰ। ਮੇਰਾ ਇਹ ਪਹਿਲਾ ਸਵਾਲ ਆ ਵੀ ਕਿਸੇ ਕਿਨਾਰੇ ਗੱਲ ਲੱਗੂਗੀ ਕਿ ਫਿਰ ਉਵੇਂ ਹੀ ਇੱਕ ਲੱਕੜ ਦਾ ਮੁੰਡਾ ਫੜਾ ਦਿੱਤਾ ਜਾਊਗਾ ਅਤੇ ਲਾਰਾ ਲਾ ਕੇ ਫਿਰ ਘਰਾਂ ਦੇ ਵਿੱਚ ਸਾਨੂੰ ਤਾੜ ਦਿੱਤਾ ਜਾਊਗਾ। ਦੇਖੋ, ਜਿੱਥੋਂ ਤੱਕਰ ਗੱਲ ਸਿਰੇ ਲੱਗਣ ਦੀ ਗੱਲ ਹੈ ਜੀ, ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਦੇ ਰਾਜ 'ਚ ਸੂਰਜ ਨਹੀਂ ਸੀ ਸਿਪਦਾ, ਕੋਈ ਨਹੀਂ ਸੀ ਕਹਿੰਦਾ ਕਿ ਅੰਗਰੇਜ਼ ਸਾਡੇ ਭਾਰਤ 'ਚ ਚਲੇ ਜਾਣਗੇ, ਅਤੇ ਜਿਹੜਾ ਅੰਗਰੇਜ਼ਾਂ ਖਿਲਾਫ ਬੋਲਦਾ ਸੀ ਉਹਨੂੰ ਕਮਲੇ ਕਹਿੰਦੇ ਸੀਗੇ। ਇਹ ਤਾਂ ਉਹੋ ਜਿਹਾ ਸਵਾਲ ਹੈ ਕਿਸੇ ਦਾ, ਜਿੱਥੇ ਲੋਕਾਂ ਦੀ ਕੋਈ ਲੋੜ ਹੈ, ਲੋਕ ਲਤੜੇ ਜਾ ਰਹੇ ਹੈ, ਉਹਨਾਂ ਦੀ ਗੱਲ ਸਿਰੇ ਲੱਗਣੀ ਹੁੰਦੀ ਹੈ। ਦੇਰ ਜਾਂ ਸਵੇਰ ਟਾਈਮ ਦਾ ਫਰਕ ਹੋ ਸਕਦਾ ਹੈ। ਜਿੱਥੋਂ ਤੱਕਰ ਹੁਣ ਹਕੂਮਤ ਨੇ ਜਿਹੜੇ ਪੈਂਤਰੇ ਲਏ ਆ, ਅਜਿਹੇ ਜਿਹੇ ਫੈਸਲੇ ਕੀਤੇ ਹੈ, ਇਹ ਕੁੱਲ ਭਾਰਤ ਦੇ ਲੋਕਾਂ ਨੂੰ ਮਾਰਨ ਦੇ ਤੁੱਲ ਹੈ। ਜੇ ਕੁੱਲ ਲੋਕਾਂ ਦੇ ਵਾਸਤੇ ਹਾਲਤ ਪੈਦਾ ਹੋ ਗਈ ਕਿ ਮਰਨਾ ਕਿ ਲੜਨਾ, ਫਿਰ ਥੋੜ੍ਹਾ ਹਿੱਸਾ ਮਰਨ ਨੂੰ ਮੈਨੂੰ ਲੱਗਦਾ ਤਰਜੀਹ ਦਿਓ, ਵੱਡਾ ਹਿੱਸਾ ਲੜਨ ਨੂੰ ਦਿਓ। ਅਤੇ ਜਦੋਂ ਲੋਕ ਲੜਦੇ ਹੈ ਉਦੋਂ ਉਹਨਾਂ ਨੂੰ ਦਬਾਉਣ ਦੀ ਖਾਤਰ ਹਾਕਮ ਕੋਈ ਕਸਰ ਨਹੀਂ ਛੱਡਦੇ, ਜਿਲ੍ਹਿਆਂ ਵਾਲਾ ਬਾਗ ਰਚਾਉਂਦੇ ਹੈ ਇਹ ਸੋਚ ਕੇ ਕਿ ਦਹਿਸ਼ਤ ਪੈ ਜਾਊ, ਅਤੇ ਜਿਲ੍ਹਿਆਂ ਵਾਲੇ ਬਾਗ ਤੋਂ ਬਾਅਦ ਹਿੰਦੁਸਤਾਨ ਦੇ ਲੋਕ ਕਸਮ ਖਾਂਦੇ ਹੈ ਕਿ ਅਸੀਂ ਰਹੀਏ ਚਾਹੇ ਨਾ ਰਹੀਏ ਅੰਗਰੇਜ਼ ਨਹੀਂ ਰਹਿਣ ਦੇਣੇ। ਉਹੀ ਜੀ ਹਾਲਤ ਉੱਧਰ ਨੂੰ ਜਾ ਰਹੀ ਹੈ। ਕੋਈ ਜਥੇਬੰਦੀਆਂ, ਇੱਕ ਜਥੇਬੰਦੀ, ਦੋ ਜਥੇਬੰਦੀਆਂ, ਅੱਜ ਅਸੀਂ ਜੋ ਲੋਕਾਂ ਦੀ ਮੰਗ ਸੀ ਵੀ ਸਾਰੇ ਇਕੱਠੇ ਹੋਵੋ, ਸਾਰੇ ਇਕੱਠੇ ਹੋ ਗਏ 30 ਜਥੇਬੰਦੀਆਂ। ਅਸੀਂ ਇਸ ਗੱਲ ਦਾ ਮਾਣ ਨਹੀਂ ਕਰਦੇ ਕਿ 30 ਜਥੇਬੰਦੀਆਂ ਇਕੱਠੇ ਹੋ ਕੇ ਇਹ ਆਰਡੀਨੈਂਸਾਂ ਨੂੰ ਮੋੜ ਦੇਣਗੀਆਂ। ਅਸੀਂ ਲੋਕਾਂ ਨੂੰ ਸਾਫ਼ ਐਲਾਨ ਕਰਦੇ ਹਾਂ ਕਿ ਜਿਹੜੇ ਲੋਕ ਕਿਰਤ ਕਰਦੇ ਆ, ਖੇਤੀ ਕਰਦੇ ਆ, ਕਿਸੇ ਧਰਮ ਦੇ ਹੈ, ਕਿਸੇ ਜਾਤ ਦੇ ਹੈ, ਕਿਸੇ ਗੋਤ ਦੇ ਹੈ, ਕਿਸੇ ਪਾਰਟੀ ਨਾਲ ਜੁੜੇ ਹੋਏ ਹੈ, ਅੱਜ ਉਹਨਾਂ ਦਾ ਕਿੱਤਾ ਜਾਂਦਾ ਹੈ, ਕਿੱਤਾ ਉਜੜ ਰਿਹਾ, ਇਸ ਗੱਲ ਨੂੰ ਪਛਾਣ ਕੇ ਮੈਦਾਨ 'ਚ ਆ ਜਾਓ ਜੀ। ਉਹ ਜਾਗ ਰਹੇ ਆ ਵੱਡੀ ਗਿਣਤੀ ਤੇਜ਼ੀ ਨਾਲ। ਉਹਦੀ ਉਦਾਹਰਣ ਆ, ਅਸੀਂ 5 ਦਿਨ ਬੈਠੇ ਪਿੰਡਾਂ 'ਚ, ਮੋਰਚਾ ਲਾਇਆ ਬਣ ਲਾਦਾਂ ਦੇ ਪਿੰਡ ਦੀ ਸੱਥ 'ਚ ਜਾਂ ਫਿਰਨੀ 'ਤੇ ਬੈਠ ਕੇ ਕੀ ਫਰਕ ਪੈ ਗਿਆ, ਉਹਨੇ ਕੀ ਫਰਕ ਪਾਇਆ। 5 ਦਿਨਾਂ ਦੇ ਸਾਡੇ ਕੋਲ ਅੰਕੜੇ ਹੈ, 1,04,000 ਸਾਡੇ ਧਰਨਿਆਂ 'ਚ ਆਇਆ, 26,000 ਉਹਦੇ 'ਚ ਔਰਤਾਂ ਆਈਆਂ, 300 ਪਿੰਡਾਂ 'ਚ ਤੋਂ ਉੱਤੇ ਲੱਗੇ ਧਰਨੇ ਸੀ, 300 ਪਿੰਡਾਂ ਦਾ ਰਿਜ਼ਲਟ ਕੱਢਿਆ ਕਿ ਜੇ ਇੱਕ ਪਿੰਡ ਦੀ ਵੋਟ 2,000 ਹੈ ਤਾਂ 4,000 ਵਾਦੀ ਹੈਗੀ ਹੈ। ਜਿਹੜੇ ਪਿੰਡ 'ਚ ਅਸੀਂ 5 ਦਿਨ ਬੈਠ ਗਏ, ਉਸ ਪਿੰਡ ਜਾ ਕੇ ਕਿਸੇ ਬੱਚਾ ਬੱਚੀ ਨੂੰ ਪੁੱਛ ਲਓ ਵੀ ਤੁਹਾਡੇ ਪਿੰਡ ਧਰਨਾ ਕਿਉਂ ਲੱਗਿਆ ਸੀ, ਸਾਫ਼ ਕਹਿਣਗੇ ਕਿ ਸਾਡੀ ਖੇਤੀ ਉੱਜੜ ਰਹੀ ਹੈ। ਜਾਣਦੀ ਸੀ ਉਹ ਚੁੱਲ੍ਹਿਆਂ 'ਤੇ ਗੱਲ ਸਮਝਾਉਣ 'ਚ ਕਾਮਯਾਬ ਹੋ ਗਏ, 24 ਲੱਖ ਬਣਦੇ। ਜੇ ਆਹ ਧਰਨਿਆਂ ਦੀ ਗਿਣਤੀ ਵਧੀ ਹੈ, ਉਹ ਸਾਡੇ ਸੱਥਾਂ 'ਚ ਜਿਹੜੇ ਫਿਰਨੀਆਂ 'ਤੇ ਲੱਗੇ ਧਰਨੇ ਉਹ ਹੈ, ਆਹੀ ਰਾਹ ਹੋਰ ਜਿਹੜੇ ਲੋਕ ਬੈਠੇ ਉਹਨਾਂ ਨੂੰ ਜਗਾਉਣ ਦਾ। ਆਹ ਧਰਨੇ ਲਗਾਤਾਰ ਬੈਠੇ ਹੈ, ਸਾਡੇ 'ਚ ਨੌਜਵਾਨ ਨਹੀਂ ਸੀ ਹੁੰਦੇ ਜੀ। ਅੱਜ ਅਸੀਂ ਫਖਰ ਮਹਿਸੂਸ ਕਰ ਸਕਦੇ ਹਾਂ ਕਿ ਸਾਡੇ ਬਰੋਬਰ ਸਾਡੇ ਨੌਜਵਾਨ ਆ ਗਏ, ਜਿਹੜਾ ਕਹਿੰਦਾ ਹੁੰਦਾ ਭਾਈ ਵਾਰਸ ਜੰਮੂ ਸਾਡੇ ਵਾਰਸ ਆ ਗਏ, ਅਤੇ ਜਦੋਂ ਵਾਰਸ ਆ ਗਏ ਤਾਂ ਨੌਜਵਾਨ ਸਾਰਿਆਂ ਨੂੰ ਵੱਡੀ ਸਖਤੀ ਹੁੰਦੀ ਹੈ, ਇਹ ਹੇਠਲੀ ਉੱਤੇ ਕਰ ਦਿੰਦੀ ਹੈ। ਅਤੇ ਇਕੱਲੇ ਇਹ ਨਹੀਂ ਜਾਣਗੇ ਵੀ ਖੇਤੀ ਆਰਡੀਨੈਂਸ ਹੈ,
ਜੋ ਭਗਤ ਸਿੰਘ ਦਾ ਸੀਗਾ ਵੀ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਕਰਨੀ ਹੈ, ਇਹ ਹਾਲਤ ਉੱਧਰ ਨੂੰ ਜਾ ਰਹੀ ਹੈ। ਪ੍ਰਧਾਨ ਸਾਹਿਬ ਇੱਕ ਪ੍ਰਸ਼ਨ ਹੋਰ, ਮੈਨੂੰ ਲੱਗਦਾ ਵੀ ਤੁਹਾਡੀ ਸ਼ਖਸੀਅਤ ਦਾ ਪ੍ਰਸ਼ਨ ਤੁਹਾਨੂੰ ਹੋਣਾ ਚਾਹੀਦਾ ਹੈਗਾ। ਕਿਸਾਨ ਯੂਨੀਅਨ ਬੜੇ ਲੰਬੇ ਸਮੇਂ ਤੋਂ ਧਰਨੇ ਲਾਉਂਦੀਆਂ ਰਹਿੰਦੀਆਂ, ਧਰਨੇ ਵਿਕ ਵੀ ਜਾਂਦੇ ਆ ਬੜੋ, ਅੱਗੇ ਵੀ ਆਪਾਂ ਦੇਖਿਆ ਬੜੇ ਬੰਦਿਆਂ ਨੇ ਧੋਖੇਬਾਜ਼ੀ ਕਰੀ ਆ, ਪਰ ਹੁਣ 30 ਕਿਸਾਨ ਜਥੇਬੰਦੀਆਂ ਇੱਕਜੁੱਟ ਹੋਣਾਂਗੀਆਂ। ਕੀ ਇਹ ਨਹੀਂ ਹੋ ਸਕਦਾ ਵੀ ਇੱਕ ਝੰਡਾ ਹੋਵੇ, ਇੱਕ ਪ੍ਰਧਾਨ ਹੋਵੇ ਅਤੇ ਜਿਹੜੇ ਬਾਕੀ ਆ ਜਿਹੜੇ ਖਾਣ ਵਾਲੇ ਉਹ ਆਪੀ ਭੱਜ ਜਾਣਗੇ, ਇੱਦਾਂ ਦਾ ਕੁਛ ਪਲਾਨ ਚੱਲ ਰਿਹਾ ਹੈਗਾ? ਦੇਖੋ ਕਿਸੇ ਦਾ ਇਰਾਦਾ ਕੀ ਹੈ ਲੜਨ ਦਾ ਅਤੇ ਕਿਸੇ ਦੀ ਸਮਰੱਥਾ ਕੀ ਹੈ ਲੜਨ ਦੀ, ਉਹਦੇ ਹਿਸਾਬ ਨਾਲ ਇੱਕ ਹੁੰਦੇ ਆ। ਇੱਕ ਕਹਿੰਦੇ ਅਸੀਂ ਸੱਟੀ ਨਹੀਂ ਲੱਗਣ ਦੇਣੀ, ਇੱਕ ਕਹਿੰਦੇ ਕੁਰਬਾਨੀਆਂ ਦੇਣੀਆਂ ਪੈਣਗੀਆਂ। ਇਹਨੂੰ ਹੁਣ ਦੋ ਨੂੰ ਇਕੱਠੇ ਕਰਨਾ ਕਿਵੇਂ ਹੋਣਗੇ, ਜਿਹਦਾ ਮਤਲਬ ਲੋਕਾਂ ਨੇ ਫੈਸਲਾ ਕਰ। ਗੁਰੂਆਂ ਦੀਆਂ ਕਿੰਨੀਆਂ 22 ਜਾਂ ਪਤਾ ਨਹੀਂ ਕਿੰਨੀਆਂ ਮੰਜੀਆਂ ਡਹੀਆਂ ਸੀ, ਗੁਰੂ ਤਾਂ ਇੱਕ ਸੀ ਉਹਨਾਂ 'ਚ, ਅਤੇ ਉਹ ਲੱਭ ਲਿਆ ਸੀ ਲੋਕਾਂ ਨੇ। ਇਹ ਸਾਰੀਆਂ ਜਥੇਬੰਦੀਆਂ 'ਚ ਕਿਹੜਾ ਸਿਰੇ ਲਾਉਣ ਵਾਲਾ ਹੈ, ਇਹ ਕੰਮ ਲੋਕਾਂ ਦਾ ਸਾਡਾ ਨਹੀਂ, ਅਸੀਂ ਤਾਂ ਆਪਣਾ ਫਰਜ਼ ਨਿਭਾ ਰਹੇ। ਜਿਹੜਾ ਸਰਕਾਰ ਦਾ ਪੱਖ ਦੇਖਦੇ ਹਾਂ, ਚਾਹੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਚਾਹੇ ਸੈਂਟਰ ਗੌਰਮੈਂਟ ਦੀ ਗੱਲ ਕਰੀਏ, ਪਹਿਲੀ ਵਾਰ ਹੋਇਆ ਗਾ ਨਰਿੰਦਰ ਮੋਦੀ ਨੇ ਪੰਜਾਬੀ ਦੇ ਵਿੱਚ 3 ਟਵੀਟ ਕੀਤੇ ਆ, ਉਹ ਪੰਜਾਬੀਆਂ ਲਈ ਹੀ ਕੀਤੇ ਆ, ਉਹਦੇ ਕੀ ਮਾਇਨੇ ਨਿਕਲਦੇ ਨੇ, ਅਤੇ ਜਿਹੜੀ ਹੁਣ ਕਾਂਗਰਸ ਧਰਨੇ ਲਾ ਰਹੀ ਆ ਉਹਦੇ ਕੀ ਮਾਇਨੇ ਨਿਕਲਦੇ ਨੇ? ਦੇਖੋ ਇਹ ਸਾਰੇ ਇੱਕੋ ਚੀਜ਼ ਹੈ, ਰੰਗ ਬਦਲ ਕੇ ਕੋਈ ਕਿਸੇ ਥਾਂ 'ਤੇ ਆ ਜਾਵੇ, ਜਿੰਨੇ ਪਾਰਟੀਆਂ ਵਾਲੇ ਹੈ, ਜਿਹੜੀ ਡੰਕਲ ਸਮਝੌਤਾ ਹੋਇਆ 90 ਦੇ ਵਿੱਚੋਂ ਜਿਹੜੀਆਂ ਇਹ ਨੀਤੀਆਂ ਸ਼ੁਰੂ ਕੀਤੀਆਂ ਨਰਸਿਮਹ ਰਾਓ ਨੇ ਕੀਤੀਆਂ ਜੀ, ਕੁੱਲ ਪਾਰਟੀਆਂ ਚਾਹੇ ਉਹ ਖੇਤਰੀ ਹੈ ਅਤੇ ਚਾਹੇ ਪੂਰੇ ਭਾਰਤ ਦੀ ਕੋਈ ਹੈਗੀ, ਸਾਰੀਆਂ ਉਸ ਗੱਲ ਨਾਲ ਸਹਿਮਤ ਹੈ ਕਿ ਨਵੀਆਂ ਆਰਥਿਕ ਨੀਤੀਆਂ ਲਾਗੂ ਕਰ। ਜਿਹੜੀ ਕੁਰਸੀ ਤੋਂ ਪਾਸੇ ਹੈ ਦੁਆਰੇ ਕੁਰਸੀ 'ਤੇ ਪੈਰ ਕਿਵੇਂ ਟਿਕ ਸਕਦਾ ਹੈ, ਉਹ ਪੈਰ ਧਰਨ ਦੇ ਲਈ ਕੁਛ ਹੀ ਕਹਿ ਸਕਦੇ ਆ। ਕੁੱਲ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਕਹਿੰਦੇ ਕੇਜਰੀਵਾਲ ਬਹੁਤ ਵਧੀਆ, ਦਿੱਲੀ ਦੇ ਵਿੱਚ ਮੋਦੀ ਨੇ ਸਰੇਆਮ ਕਤਲ ਕਰਾਏ, ਮੋਦੀ ਸਾਹਿਬ ਚੁੱਪ ਹੈ, ਉਹ ਕੇਸ ਜਾਮੀਆਂ ਸਲਾਮੀ ਵਾਲਿਆਂ 'ਤੇ ਪਾਤੇ, ਸ਼ਾਹੀ ਬਾਗ ਦੇ ਜਿਹੜੇ ਲੋਕ ਲੜ ਰਹੇ ਸੀ ਉਹਨਾਂ 'ਤੇ ਪਾਤੇ, ਮੋਦੀ ਸਾਹਿਬ ਚੁੱਪ ਹੈ, ਫਿਰ ਕਿਵੇਂ ਅਸੀਂ ਮੰਨ ਲਈਏ ਵੀ ਉਹ ਕੋਈ ਚੰਗਾ ਕੁਛ ਆਊਗਾ? ਵੋਟ ਦੇ ਨਾਲ ਵੋਟ ਤਾਂ ਰਿਵਾਜ ਹੈ, ਜੇ ਵੋਟਾਂ ਨਾਲ ਕੋਈ ਚੰਗਾ ਕੁਛ ਆਉਂਦਾ ਫਿਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਨਹੀਂ ਸੀ ਬਣਨਾ ਚਾਹੀਦਾ, ਕਿਸੇ ਨੇ ਨਹੀਂ ਵੋਟ ਪਾਈ, ਜੇਤ ਲਈ ਅਸੀਂ ਅੰਮ੍ਰਿਤਸਰ ਤੋਂ ਹਰਾਤਾ ਲੋਕਾਂ ਨੇ, ਚੱਕ ਕੇ ਇਹਨਾਂ ਨੇ ਖਜ਼ਾਨਾ ਸੰਭਾਤਾ। ਵੋਟਾਂ ਦਾ ਰਿਵਾਜ ਆ ਲੋਕਾਂ ਨੂੰ ਧੋਖਾ ਦੇਣ, ਰਾਜ ਤਾਂ ਜਦੋਂ ਪੰਜਾਬ ਦੇ ਵਿੱਚ 9 ਸਾਲ ਵੋਟਾਂ ਨਹੀਂ ਪਈਆਂ ਉਦੋਂ ਕਿਹਦਾ ਰਾਜ, ਉਦੋਂ ਕਿਵੇਂ ਚੱਲਿਆ? ਰਾਜ ਤਾਂ ਅਸਲ ਜਿਹੜੀ ਪੱਕੀ ਸਰਕਾਰ ਹੈ, ਪੁਲਿਸ ਹੈ, ਫੌਜ ਹੈ, ਕੋਰਟ ਕਚਹਿਰੀ ਹੈ, ਰਾਜ ਤਾਂ ਉਹਨਾਂ ਦੇ ਜ਼ੋਰ 'ਤੇ ਚੱਲਦਾ, ਇਹ ਤਾਂ ਉਹਦੇ ਉੱਤੇ ਪੜਦਾ ਲੋਕਾਂ ਨੂੰ ਧੋਖਾ ਦੇਣ ਵਾਸਤੇ ਪਾਇਆ, ਕਿਤੇ ਕਿਸੇ ਰੰਗ 'ਚ ਆ ਜਾਂਦੀ ਹੈ ਕਿਤੇ ਕਿਸੇ ਰੰਗ 'ਚ ਆ ਜਾਂਦੀ ਹੈ। ਜੇ ਆਪਾਂ ਤੁਹਾਡੀ ਜਥੇਬੰਦੀ ਦੀ ਗੱਲ ਕਰਦੇ ਹਾਂ, ਬਾਕੀ ਜਥੇਬੰਦੀਆਂ ਦਾ 25 ਤਰੀਕ ਨੂੰ ਪੂਰਨ ਬੰਦ ਦਾ ਸੱਦਾ ਪੰਜਾਬ ਦਾ, ਕਿ ਅੱਗੇ ਉਦੋਂ ਅੱਗੇ ਦਾ ਕੀ ਪਲਾਨ ਆ? ਦੇਖੋ 24 ਤਰੀਕ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੱਦਾ ਹੈ ਜੀ, 48 ਘੰਟੇ ਰੇਲਾਂ ਰੋਕਣ ਦਾ ਜੀ, ਸਾਡਾ ਸੱਦਾ ਵੀ 25 ਤੱਕ ਸੀ ਜੀ, ਅਸੀਂ ਉਹਨੂੰ ਤਬਦੀਲ ਕਰਿਆ, ਕੱਲ੍ਹ ਨੂੰ ਸ਼ਾਮ ਨੂੰ ਅਸੀਂ ਸਮਾਪਤ ਕਰਾਂਗੇ ਇੱਥੋਂ ਜੀ, ਕਿਉਂਕਿ ਇੱਕ ਦਿਨ ਸਾਂਝ ਪਾ ਕੇ ਅਸੀਂ ਉਸ ਸੱਦੇ ਨੂੰ ਜਿਹੜਾ ਕਿਸਾਨ ਸੰਘਰਸ਼ ਕਮੇਟੀ ਦਾ ਹੈ ਉਹਦੀ ਹਮਾਇਤ 'ਚ ਕਹਿ ਦਿਓ, ਉਹਦੇ ਨਾਲ ਜਗਜਾਇਤੀ ਕਹਿ ਲਓ, ਅਸੀਂ ਉਹ 3 ਦਿਨ ਰੇਲਾਂ 'ਚ ਉਹਨਾਂ ਦਾ ਸਾਥ ਦੇਵਾਂਗੇ ਜੀ। 30 ਜਥੇਬੰਦੀਆਂ ਇਕੱਠੀਆਂ ਹੋਈਆਂ, ਉਹਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਅਤੇ ਇਹ ਸੱਦਾ ਪੰਜਾਬ ਤੋਂ ਦੂਜੀਆਂ ਸਟੇਟਾਂ ਵੱਲ ਵੀ ਜਾ ਰਿਹਾ, ਗੁੰਜਾਇਸ਼ ਹੈ, ਹੋ ਸਕਦਾ ਭਾਰਤ ਬੰਦ ਤੱਕ ਵੀ ਜਾ ਵੜੇ। ਪੰਜਾਬ 'ਚ ਉਮੀਦ ਆ ਕਿ ਪੂਰਨ ਬੰਦ ਹੋ, ਬੰਦ ਕਰਾਉਣ ਵੇਲੇ ਸਾਡੀਆਂ ਸਾਰੀਆਂ ਜਥੇਬੰਦੀਆਂ ਦਾ ਫੈਸਲਾ ਹੈ, ਜਿਵੇਂ ਪਹਿਲਾਂ ਬੰਦ ਹੁੰਦਾ ਸੀ ਸ਼ਹਿਰਾਂ 'ਚ, ਦੁਕਾਨ ਖੋਲ੍ਹੀਏ ਡਾਂਗ ਮਾਰੋ, ਸੋਟੀ ਮਾਰੋ, ਰੋੜਾ ਮਾਰੋ, ਡਰਾ ਕੇ ਬੰਦ ਕਰਾ ਦਿਓ, ਬਿਲਕੁਲ ਨਹੀਂ। ਜੇ ਕਿਸੇ ਦੁਕਾਨ ਖੋਲ੍ਹੀ ਹੁਣ ਹੱਥ ਬੰਨ ਕੇ ਬੇਨਤੀ ਕਰਾਂਗੇ ਵੀ ਭਾਈ ਇਹ ਗੱਲ ਤੈਨੂੰ ਵੀ ਦੇਣੀ ਪਈ ਹੈ, ਬੰਦ ਕਰ ਸਕਦਾ ਕਰ ਦੇ, ਨਹੀਂ ਤੇਰੀ ਮਰਜ਼ੀ ਭਰਾ, ਇਸ ਰੂਪ 'ਚ ਬੰਦ ਕਰਾਵਾਂਗੇ ਅਤੇ ਸਾਨੂੰ ਪੂਰਨ ਭਰੋਸਾ ਹੈ ਕਿ ਇਹ ਬੰਦ ਹੋਊਗਾ। ਉਸ ਤੋਂ ਬਾਅਦ ਸੱਬੀ ਨੂੰ ਵੀ ਅਸੀਂ ਰੇਲਾਂ ਰੋਕਣੀਆਂ, ਇਸ ਤੋਂ ਪਹਿਲਾਂ 23 ਤਰੀਕ ਦੀ ਸਾਰੇ ਜਥੇਬੰਦੀਆਂ ਦੀ ਫਿਰ ਮੀਟਿੰਗ, ਉਹਦੇ 'ਚ ਅਗਲਾ ਪ੍ਰੋਗਰਾਮ ਆਜੂਗਾ ਅਤੇ 25 'ਤੇ ਉਹਦਾ ਐਲਾਨ ਜੀ। ਇੱਕ ਟੰਡਾ ਸਿੰਘ ਜੀ, ਇੱਕ ਹੋਰ ਗੱਲ ਆਪਾਂ ਕਰਦੇ ਹਾਂ, ਜੇ ਆਪਾਂ ਗੱਲ ਕਰਦੇ ਹਾਂ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ, ਕਿਸੇ ਦੀ ਫੋਨ ਕਾਲ ਜਾਂ ਕੋਈ ਬੰਦਾ ਆਇਆ ਹੋਵੇ, ਕੋਈ ਤਾਲਮੇਲ ਹੋਇਆ ਕਿ ਹਜੇ ਕੁਛ ਨਹੀਂ, ਕੋਈ ਹਵਾ ਦਾ ਬੁੱਲਾ ਨਹੀਂ ਆਇਆ? ਕੋਈ ਹੈ ਨਹੀਂ ਗਾ, ਉਹਦੇ 'ਚ ਸਾਨੂੰ ਇਹ ਪਤਾ ਲੱਗਿਆ ਸੀਗਾ ਵੀ ਸਿਮਰਜੀਤ ਅਤੇ ਬਾਦਲ ਸਾਹਿਬ ਇੱਥੇ ਕਿਤੇ ਆਉਣ ਨੂੰ ਆਦੇ ਸੀਗੇ, ਉਹਨਾਂ ਨੂੰ ਕਹਿਤਾ ਵੀ 70 ਖਾਣੇ ਤੁਸੀਂ ਲੋਕਾਂ ਤੋਂ ਕਾਹਦੇ ਵਾਸਤੇ ਆਉਣਾ? ਅਸੀਂ ਜਵਾਬ ਦਿੱਤਾ ਹੈ ਵੀ ਕੋਈ ਮਤਲਬ ਨਹੀਂ ਇੱਥੇ ਆਉਣ ਦਾ, ਆਉਣਾ ਤਾਂ ਲੋਕਾਂ 'ਚ ਆਓ, ਜੇ ਤੁਸੀਂ ਲੋਕਾਂ ਖਾਤਰ ਪਹਿਲਾਂ ਧਰਨੇ ਲਾਉਂਦੇ ਰਹੇ, ਹੁਣ ਲਾ ਲਓ ਧਰਨੇ ਇਸ ਗੱਲ ਦੇ ਖਿਲਾਫ਼, ਕਰ ਲੈਣਗੇ ਲੋਕ ਫੈਸਲਾ, ਜਾਣੀ ਉਹ ਆਪਦੀ ਖੱਲ ਬਚਾਉਣ ਦੀ ਖਾਤਰ ਇੱਧਰ ਦੀ ਬਾਜੀ ਉੱਧਰ ਦੀ ਬਾਜੀ ਹੈ। ਜੇ ਅਸਤੀਫਾ ਹੁਣ ਦਿੱਤਾ ਹੈ, ਪਹਿਲਾਂ ਕਿਉਂ ਉਹਨਾਂ ਦਾ ਉਹਨੂੰ ਪਤਾ ਨਹੀਂ ਸੀ? ਸਾਡੀ 10 ਤਰੀਕ ਨੂੰ ਅਕਾਲੀ ਦਲ ਨਾਲ ਮੀਟਿੰਗ ਹੋਈ ਹੈ ਚੰਡੀਗੜ੍ਹ 'ਚ, ਉਹ ਸਾਨੂੰ ਕਹਿੰਦੇ ਪਹਿਲਾਂ ਤੁਹਾਡੇ ਵਾਲੀਆਂ ਗੱਲਾਂ ਸਾਨੂੰ ਵੀ ਲੱਗਦੀਆਂ ਸੀ,
हुण असीं इह कानून पूरी तरह पढ़ ले, तुसीं पढ़ लो, तुसीं अणजाण हो, इहदा लोकां दे हित दे है। असीं उहनां नूं इक्को ही जवाब दित्ता वी सानूं इह असीं पढ़ ले, सानूं उल्ट लगदे है, असीं तां थोड़ी गल मन्ननी नहीं क्योंकि जथेबंदियां वाले आ। जिहड़े अकाली दल दे हुण वी तुहाडे समर्थक आ पिंडां दे, तुसीं उहनां तों कहा दिओ ਤੁਹਾਡੇ ਸਮਰਥਕ ਸਾਡੇ ਧਰਨੇ 'ਚ ਆ ਰਹੇ। ਇਹ ਗੱਲ ਮੌਜ ਨਾਲ ਬੋਲੇ ਜੇ ਬਿੱਲਾਂ ਨਾਲ ਉਹਨੇ ਚੰਦੂ ਮਾਨ ਕਹਿੰਦਾ ਇਹ ਤਾਂ ਗੱਲ ਠੀਕ ਹੈ। ਉਸ ਤੋਂ ਬਾਅਦ ਉਹ ਹਿੱਲੇ ਹੈ ਕਿ ਪੰਜਾਬ ਦੇ ਪਿੰਡਾਂ 'ਚ ਕਿਸੇ ਨੇ ਵੜਨ ਨਹੀਂ ਦੇਣਾ। ਉਸ ਤੋਂ ਬਾਅਦ ਅਸਤੀਫਾ ਦਿੱਤਾ, ਲੋਕਾਂ ਦੀ ਤਾਕਤ ਦੇ ਜ਼ੋਰ ਦਵਾਇਆ ਗਿਆ ਅਸਤੀਫਾ ਹੈ। ਜੇ ਕਹਿਣਾ ਹਰਸਿਮਰਤ ਦਾ ਕੰਨ ਫੜ ਕੇ ਲਿਆਂਦਾ ਥੱਲੇ। ਝੰਡਾ ਸਿੰਘ ਜੀ, ਆਪਾਂ ਇੱਕ ਹੋਰ ਗੱਲ ਕਰਦੇ ਹਾਂ ਜੇ ਲੋਕਾਂ ਦੀ ਅਸਲੀ ਨਬਜ਼ ਫੜੀਏ ਆਪਾਂ। ਪੰਜਾਬ ਦੇ ਵਿੱਚ ਬੜਾ ਕੁਛ ਡਾਵਾਂਡੋਲ ਹੋ ਚੁੱਕਿਆ ਗਿਆ, ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਲੋਕ ਇਹ ਵੀ ਕਹਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਅਗਲਾ ਜੰਮੂ ਕਸ਼ਮੀਰ ਪੰਜਾਬ ਬਣੂਗਾ। ਸੋਸ਼ਲ ਮੀਡੀਆ ਦੇ ਉੱਤੇ ਕਈ ਗਲਤ ਚੀਜ਼ਾਂ ਵੀ ਹੈ, ਕੋਈ ਸਹੀ ਚੀਜ਼ਾਂ ਵੀ ਹੈ, ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲਾ ਜਿਹੜਾ ਪੰਜਾਬ ਆ, ਜੇ ਆਪਾਂ 2022 ਨੂੰ ਛੱਡ ਦਈਏ ਇੱਕ ਪਾਸੇ ਰੱਖ ਦਈਏ, ਆਉਣ ਵਾਲੇ ਪੰਜਾਬ ਦੀ ਕਿੱਦਾਂ ਦੀ ਤਸਵੀਰ ਦੇਖ ਰਹੇ ਹੋ ਆਪਦੇ ਤਜਰਬੇ ਤੋਂ? ਦੇਖੋ, ਜਿੱਦਣ ਨੂੰ ਹਾਕਮ ਤੁਰਿਆ, ਜੇ ਕਸ਼ਮੀਰ ਦੀ ਗੱਲ ਹੈ, ਕਸ਼ਮੀਰ ਨੂੰ ਇਹਨਾਂ ਨੇ ਦਰੜਿਆ ਵੱਡੀ ਪੱਧਰ 'ਤੇ ਫੌਜ ਲਾ ਕੇ। ਦਰੜ ਤਾਂ ਉਹਨਾਂ ਨੂੰ ਲੱਗਦਾ ਸ਼ਾਂਤੀ ਕਰਤੀ, ਪਰ ਉਹਨਾਂ ਦੇ ਮਨ 'ਚ ਸ਼ਾਂਤੀ ਨਹੀਂ ਕਸ਼ਮੀਰ ਦੇ। ਅਤੇ ਜੇ ਮੋਦੀ ਨੂੰ ਲੱਗਦਾ ਕਾਨੂੰਨ ਲਿਆ ਕੇ ਅਸੀਂ ਪੰਜਾਬ ਨੂੰ ਵੀ ਲਤੜ ਦਿਆਂਗੇ, ਵਕਤੀ ਹੋ ਸਕਦਾ ਲੋਕਾਂ ਦੇ ਕੋਈ ਉੱਤੋਂ ਦੀ ਪੈ ਜੇ, ਉਹਨਾਂ ਦੇ ਮਨ ਦੇ ਉੱਤੋਂ ਦੀ ਨਹੀਂ ਪੈ ਸਕਦਾ। ਰਾਜ ਉਹ ਵਧੀਆ ਚੱਲਦਾ ਜਿਹੜਾ ਲੋਕਾਂ ਦੇ ਮਨਾਂ 'ਤੇ ਰਾਜ ਕਰਦਾ ਹੋਵੇ। ਡੰਗ ਦਾ ਰਾਜ ਤਾਂ ਲੋਕਾਂ ਨੂੰ ਹੋਰ ਛੇਤੀ ਨੰਗਾ ਹੁੰਦਾ ਲੋਕਾਂ ਦੇ ਸਾਹਮਣੇ, ਜੇ ਧੋਖਾ ਦੇ ਤਾਂ ਅਗਲਾ ਕਹਿੰਦਾ ਵੀ ਯਾਰ ਵਧੀਆ ਕਰਨਗੇ। ਅਤੇ ਡਾਂਗ ਦਾ ਰਾਜ ਬਾਹਲਾ ਚਿਰ ਨਹੀਂ ਚੱਲਦਾ ਹੁੰਦਾ, ਹਰ ਇੱਕ ਨੂੰ ਸਾਫ਼ ਹੋ ਜਾਂਦਾ, ਉਹਦੀ ਮਨਿਆਦ ਥੋੜ੍ਹੀ ਹੁੰਦੀ ਹੈ। ਠੀਕ ਆ, ਕਸ਼ਟ ਲੋਕਾਂ ਨੂੰ ਵੱਧ ਚੱਲਣਾ ਪੈਂਦਾ, ਅਤੇ ਜੇ ਲੋਕ ਖੁਦਕੁਸ਼ੀਆਂ ਨਾਲ ਮਰੀ ਜਾਂਦੇ ਆ, ਜੇ ਲੋਕ ਸਪਰੇਆਂ ਕਰਦੇ ਮਰੀ ਜਾਂਦੇ ਆ, ਜੇ ਖੇਤੀ ਕਰਦੇ ਮਰੀ ਜਾਂਦੇ ਆ ਲੋਕ, ਲੱਖਾਂ ਦੀ ਗਿਣਤੀ ਹੈ, ਅਤੇ ਉਹ ਲੋਕ ਇੱਧਰ ਨੂੰ ਵੀ ਤਿਆਰ ਹੋ ਜਾਣਗੇ ਵੀ ਇਹਦੂ ਭਾਈ ਮਰੇ ਚੰਗੇ ਜੀ। ਜਾਂਦੇ ਜਾਂਦੇ ਇੱਕ ਸਵਾਲ ਹੋਰ ਲੈਣਾ ਚਾਹਾਂਗੇ। ਨੌਜਵਾਨੀ ਨੂੰ ਬੜੇ ਤਰੀਕਿਆਂ ਨਾਲ ਪਲੋਸਿਆ ਜਾਂਦਾ ਗਾ, ਨੌਜਵਾਨੀ ਲੋਟ ਵੀ ਆ ਜਾਂਦੀ ਆ, ਕੋਈ ਗਾਣਿਆਂ ਪਿੱਛੇ ਲੱਗ ਜਾਂਦਾ, ਕੋਈ ਕਿਵੇਂ ਪਿੱਛੇ ਲੱਗ ਜਾਂਦਾ ਗਾ, ਪਰ ਜਦੋਂ ਗੱਲ ਆਉਂਦੀ ਆ ਜ਼ਮੀਨ ਦੀ, ਜੱਟ ਦੀ ਜ਼ਮੀਨ ਅਤੇ ਜੱਟ ਦੀ ਮਾਂ ਦੋਨੇ ਇੱਕ ਬਰਾਬਰ ਆ, ਜ਼ਮੀਨ ਨੂੰ ਵੀ ਆਪਾਂ ਮਾਂ ਦਾ ਦਰਜਾ ਦਿੰਦੇ ਹਾਂ, ਕੀ ਇਹ ਸੰਘਰਸ਼ ਸ਼ਹੀਦੀਆਂ ਤੱਕ ਪਹੁੰਚੂਗਾ ਜੇ ਲੋੜ ਪਈ ਕੁਰਬਾਨੀ ਦਿਓਗੇ ਕਿ ਉੱਠ ਖੜੋਗੇ? ਦੇਖੋ, ਜੇ ਤਾਂ ਕੁਰਬਾਨੀ ਦੀ ਗੱਲ ਹੈ, ਜ਼ਮੀਨ ਖਾਤਰ ਸਾਡਾ ਸਾਧੂ ਸਿੰਘ ਉੱਥੇ ਅੰਮ੍ਰਿਤਸਰ ਗਿਆ ਲੱਗਿਆ, ਉੱਥੇ ਹਮਲਾ ਕਰਾਇਆ, ਲੋਪੋ ਕਿਨੇ ਇਹਨਾਂ ਦੇ MLA ਨੇ ਅਕਾਲੀਆਂ ਦੇ ਨੇ ਗੁੰਡਿਆਂ ਤੋਂ, ਕਿੰਨੀਆਂ ਜਾਨਾਂ ਗਈਆਂ। ਜੇ ਟਰਾਈਡੈਂਟ ਦੀ ਗੱਲ ਕਹਿਣੀ, ਸਾਡੇ ਤਿੰਨ ਮਤਲਬ ਜਾਨਾਂ ਲੱਗੀਆਂ, ਮੇਰੇ ਹਿਸਾਬ ਨਾਲ ਦਰਜਨਾਂ ਕੁਰਬਾਨੀਆਂ ਤੋਂ ਪਹਿਲਾਂ ਹੋ ਚੁੱਕੀਆਂ ਭੇੜਾਂ ਦੇ ਵਿੱਚ ਹੀ, ਅਤੇ ਸਾਡੀ ਲਗਭਗ ਸਾਰੀ ਉਮਰ ਲੰਘ ਗਈ ਹੈ, ਮੈਨੂੰ ਲੱਗਦੀ ਹੈ 45-50 ਸਾਲ ਹੋ ਗਏ ਹੈ, ਕਿੰਨਾ ਚਿਰ ਹੋਰ ਇੱਧਰ ਹੀ ਲਾਉਣੀ ਹੈ? ਦੂਜੀ ਗੱਲ ਹੁੰਦੀ ਜਿਹੜੀ ਜਿਹੜੀ ਕੁਰਬਾਨੀ ਤੋਂ ਬਿਨਾਂ ਗਾਹਾਂ ਗੱਲ ਵਾਧੀ ਹੋਏਗੀ। ਜਿੱਥੋਂ ਤੱਕ ਸਰਕਾਰਾਂ ਦਾ ਮਾਮਲਾ ਹੈ, ਕੁੱਲ ਜਿੰਨਾ ਟੈਲੀਵਿਜ਼ਨ ਹੈ, ਮੀਡੀਆ, ਉਹਨਾਂ ਦਾ ਜਦ ਖਰੇਦ ਮੀਡੀਆ ਵੀ ਹੈ, ਉਹ ਹਰ ਵਕਤ ਲੋਕਾਂ ਨੂੰ, ਨੌਜਵਾਨਾਂ ਨੂੰ ਉਲਟ ਰਸਤੇ ਲਾਉਂਦਾ ਹੈ। ਮੋਬਾਈਲਾਂ ਦੇ ਵਿੱਚ ਉਹੀ ਕੁਛ ਆਉਂਦਾ, ਟੈਲੀਵਿਜ਼ਨਾਂ ਦੇ ਵਿੱਚ ਉਹੀ ਕੁਛ ਆਉਂਦਾ, ਮੁੰਡੇ ਕੁੜੀ ਦੇ ਪਿਆਰ ਦੀ ਗੱਲ ਆਉਂਦੀ ਹੈ, ਪਰ ਇਹ ਇੱਕ ਵਕਤੀ ਕਿਸੇ ਨੂੰ ਰੋਕ ਕੇ ਰੱਖ ਸਕਦਾ ਹੈ, ਪਰ ਜੇ ਉਹਦਾ ਰੁਜ਼ਗਾਰ ਗਿਆ, ਉਹਦਾ ਪੇਟ ਭੁੱਖਾ ਹੈ, ਪੇਟ ਰਹਿੰਦਾ ਗੋਲੀ ਨਾਲ ਨਹੀਂ ਅੱਗ ਬੁੱਝਣੀ ਹੁੰਦੀ, ਇਹਨੂੰ ਤਾਂ ਨਾ ਚਾਹੀਦਾ। ਇਹ ਗੱਲ ਬੰਦਿਆਂ ਨੂੰ, ਨੌਜਵਾਨਾਂ ਨੂੰ ਸਮਝ ਆ ਜਾਂਦੀ ਹੈ, ਸਮਾਂ ਪਾ ਕੇ ਆ ਜਾਂਦੀ ਹੈ, ਉਹ ਨੌਜਵਾਨਾਂ ਨੂੰ ਸਮਝ ਆ ਰਹੀ ਹੈ, ਉਸੇ ਸਮਝ 'ਚ ਨੌਜਵਾਨ ਸਾਡੇ ਨਾਲ ਰਲ ਰਹੇ ਹੈ, ਅਤੇ ਅਸੀਂ ਇਹਦੇ ਵਿੱਚ ਹੀ 28 ਨੂੰ ਭਗਤ ਸਿੰਘ ਦਾ ਜਨਮ ਦਿਨ ਹੈ, 28-29-30 ਅਸੀਂ ਭਗਤ ਸਿੰਘ ਦਾ ਜਨਮ ਦਿਨ ਵੀ ਮਨਾ ਰਹੇ ਹਾਂ ਡੋਡੀ ਜ਼ਿਲ੍ਹਿਆਂ 'ਚ, ਅਤੇ ਨੌਜਵਾਨਾਂ ਨੂੰ ਕਹਾਂਗੇ ਵੀ ਆ ਜਾਓ ਭਾਈ ਬਸੰਤੀ ਬੰਨ ਕੇ, ਭਗਤ ਸਿੰਘ ਕੀ ਕਹਿੰਦਾ ਸੀ ਉਹ ਭਗਤ ਸਿੰਘ ਦੇ ਲੇਖ ਪੜ੍ਹਾਵਾਂਗੇ। ਪ੍ਰਧਾਨ ਸਾਹਿਬ ਧੰਨਵਾਦ, ਤੁਸੀਂ ਟਾਈਮ ਦਿੱਤਾ। ਕੋਈ ਗੱਲ ਨਹੀਂ, ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਡਾ ਟਾਈਮ ਤਾਂ ਇਸੇ ਵਾਸਤੇ ਹੀ ਹੈ। ਜੀ। ਸੋ ਦੋਸਤੋ, ਇਹ ਸੀ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ। ਅੱਗੇ ਵੀ ਅਸੀਂ ਇਸ ਖਬਰ ਦੇ ਨਾਲ ਬਣੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ, ਵੇਖਦੇ ਰਹੋ RMP ਟੈਲੀਵਿਜ਼ਨ। ਧੰਨਵਾਦ।